अकाल पुरख ने कुदरत साजी है, इस नूं सुंदर ते मनमोहक बनाया है। कुदरत दी गोदी विच वसण नूं किदा जी नहीं करता, पर इसे गोद विच इंसानियत दे कुछ वैरी भी वसदे हन, जो नवजन्मियां बच्चियां नूं कुखां विच ही कतल कर दिंदे। जे कोई बच्ची अणचाहिया जीवन भोगण लई जन्म लै भी लैंदी है तां कई जालम उस नूं कूड़ियां दी भेंट कर दिंदे ने। सो क्यों मंदा आखिया जित जम्मे राजान। पुराने समय दे विच औरतां दी स्थिति नूं ध्यान विच रखदिआं गुरु नानक साहिब ने इन्हां शब्दां दा फरमान कीता सी, पर अज दे समाज दे विच औरतां दी स्थिति ज्यों दी त्यों बनी हुई है। जां तां उन्हां नूं कुख विच मार दित्ता जांदा है, जां फिर कूड़े दे ढेर विच सिट दित्ता जांदा है। इंसानियत प्रस्तो, ਇਹ ਦੁਨੀਆ ਵਿੱਚ ਭਲਾਈ ਦੇ ਮੁਜੱਸਮਿਆਂ ਦਾ ਵੀ ਘਾਟਾ ਨਹੀਂ ਹੈ। ਇਹਨਾਂ ਪਾਕ ਰੂਹਾਂ ਵਿੱਚੋਂ ਇੱਕ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ ਹਨ। ਇੱਕ ਬੱਚੀ ਲਵਾਰਿਸ ਸਮਾਜੀ ਤਿਰਸਕਾਰ ਦੀ ਸ਼ਿਕਾਰ ਹੋਈ, ਕੂੜੇ ਵਿੱਚੋਂ ਇਹਨਾਂ ਨੂੰ ਕਿਵੇਂ ਮਿਲੀ ਬਾਬਾ ਜੀ ਦੱਸਦੇ ਨੇ। ਸਾਡਾ ਗੁਰਦੁਆਰਾ ਆਇਆ F3 ਰਜੌਰੀ ਗਾਰਡਨ ਦਿੱਲੀ, ਉੱਥੇ ਲਾਗੇ ਗੁਰਦੁਆਰੇ ਦੇ ਕੇ ਸੜਕ 'ਤੇ ਡਰੰਮ ਪਏ ਹੁੰਦੇ ਨੇ ਕੂੜੇ ਕਰਕਟ ਸੁੱਟਣ ਵਾਸਤੇ, ਲੋਕ ਉਹਦੇ 'ਚ ਪਾਉਂਦੇ ਨੇ। ਅਤੇ ਕੁਦਰਤੀ ਗੱਲ ਆ, ਇਸ ਨੂੰ ਕੋਈ ਇਹਦੇ ਪੇਰੈਂਟਸ ਜਾਂ ਕੋਈ ਛੋਟੀ ਜਦੋਂ ਅਜੇ 15-20 ਦਿਨਾਂ ਦੀ ਸੀ, ਉਹਦੇ 'ਚ ਸੁੱਟ ਗਏ। ਬਾਬਾ ਜੀ ਨੇ ਇਸ ਲਵਾਰਿਸ ਬੱਚੀ ਦੇ ਪਾਲਣ ਪੋਸ਼ਣ ਅਤੇ ਉਸ ਨੂੰ ਇੱਕ ਉੱਚੀ ਸੁੱਚੀ ਸ਼ਖਸੀਅਤ ਬਣਾਉਣ ਦਾ ਜ਼ਿੰਮਾ ਲੈ ਲਿਆ। ਬੜੂ ਸਾਹਿਬ ਵਿਖੇ ਬੱਚੀ ਦੀ ਪਰਵਰਿਸ਼ ਕੀਤੀ ਅਤੇ ਪੜ੍ਹਾਈ ਲਿਖਾਈ ਹੋਈ। ਇਸ ਬੱਚੀ ਦਾ ਨਾਮ ਹੈ ਰਾਮਪ੍ਰੀਤ ਕੌਰ। ਤੇ ਬਾਬਾ ਜੀ ਉਸਨੂੰ ਬੜੂ ਸਾਹਿਬ ਦੀ ਪਾਵਨ ਧਰਤੀ 'ਤੇ ਲੈ ਆਏ, ਜਿੱਥੇ ਬੜੇ ਹੀ ਲਾਡ ਅਤੇ ਪਿਆਰ ਦੇ ਨਾਲ ਉਸਦਾ ਪਾਲਣ ਪੋਸ਼ਣ ਹੋਣ ਲੱਗਾ। ਇਸ ਨੂੰ ਜੰਮਣ ਵਾਲਿਆਂ ਨੇ ਲਵਾਰਿਸ ਛੱਡ ਦਿੱਤਾ, ਪਰ ਰੱਬ ਦੇ ਸੱਚੇ ਸੇਵਕਾਂ ਨੇ ਉਸ ਨੂੰ ਅਪਣਾ ਕੇ ਉਸ ਕੁੱਲ ਮਾਲਕ ਦੀ ਗੋਦੀ ਨੂੰ 4 ਚੰਨ ਲਾ ਦਿੱਤੇ। ਅੱਜ ਬੱਚੇ ਨੂੰ ਕਿਸੇ ਓਪਰੇਪਨ ਦਾ ਅਹਿਸਾਸ ਨਹੀਂ ਹੈ, ਉਹ ਬਾਬਾ ਜੀ ਨੂੰ ਹੀ ਆਪਣਾ ਮਾਤ ਪਿਤਾ ਮੰਨਦੀ ਹੈ। ਉਸ ਨੂੰ ਵੱਡੀ ਹੋ ਕੇ ਪਤਾ ਲੱਗਾ ਕਿ ਉਹ ਇੱਥੇ ਕਿਵੇਂ ਆਈ ਹੈ, ਪਰ ਬਾਬਾ ਜੀ ਨੇ ਉਸ ਨੂੰ ਜ਼ਿੰਦਗੀ ਦੀ ਸੱਚਾਈ ਅਤੇ ਕੁਦਰਤ ਦੇ ਕਰਿਸ਼ਮੇ ਬਾਰੇ ਸਮਝਾਇਆ। ਬੱਚੀ ਨੂੰ ਇੱਥੇ ਲੈਣ ਦਾ ਅਸੀਂ ਸਪੈਸ਼ਲ ਇੱਕ ਬੀਬੀ ਦੇ 'ਤੇ ਲਾਈ, ਹੁਣ ਛੋਟੀ ਸੀ, ਉਸਨੇ ਪਟੱਟਰੀ ਵੀ ਕਰਨੀ, ਦੂਸਰੀ ਕਰਨੀ, ਉਸ ਸਾਰੀ ਬੀਬੀ ਸਾਰਾ ਕੁਝ ਧੁੰਦੀ ਰਹੀ ਦਾ, ਸਭ ਕੁਝ ਕਰਦੀ ਰਹੀ। ਕਰ ਕੁਰ ਕੇ ਆਸਤਾ ਆਸਤਾ ਵੱਡੀ ਹੁੰਦੀ ਗਈ, ਹੁੰਦੀ ਹੁੰਦੀ ਗਈ, ਜਿਉਂ ਜਿਉਂ ਜਦੋਂ ਇਹ 4 ਸਾਲ ਦੀ ਹੋ ਗਈ ਉਦੋਂ ਅਸੀਂ ਸਕੂਲ 'ਚ ਪਾ ਦਿੱਤਾ। ਆਈ ਵਾਜ਼ 2 ਮੰਥਸ ਓਲਡ ਵੈਨ ਆਈ ਕੇਮ ਹੇਅਰ, ਹੂ ਆਈ ਡੋਨਟ ਨੋ ਹੂ ਵਾਜ਼ ਮਾਈ ਮੋਮ ਐਂਡ ਡੈਡ ਹੂ ਅਬੈਂਡਨਡ ਮੀ, ਬਟ ਬਾਬਾ ਜੀ ਬ੍ਰੌਟ ਮੀ ਬੈਕ ਟੂ ਲਾਈਫ ਬਾਈ ਗਿਵਿੰਗ ਮੀ ਐਜੂਕੇਸ਼ਨ। ਪੜ੍ਹਾਈ ਦੇ ਨਾਲ ਨਾਲ ਰਾਮਪ੍ਰੀਤ ਨੇ ਹਾਕੀ ਵਿੱਚ ਵੀ ਬਹੁਤ ਮੱਲਾਂ ਮਾਰੀਆਂ। ਲਗਾਤਾਰ 2 ਸਾਲ ਆਪਣੀ ਅਕੈਡਮੀ ਨੂੰ ਰਾਮਪ੍ਰੀਤ ਨੇ ਨੈਸ਼ਨਲ ਲੈਵਲ 'ਤੇ ਰੈਪ੍ਰਜੈਂਟ ਕੀਤਾ। ਇਹ ਹੁਣ ਹਾਰ ਬੱਚੀ ਹੁਣ ਚੜ੍ਹਦੀ ਕਲਾ ਦਾ ਨਮੂਨਾ ਹੈ। ਉਹ ਖੇਡਾਂ ਵਿੱਚ ਨਿਪੁੰਨ ਹੈ, ਜ਼ੋਰਦਾਰ ਬਾਸਕਟਬਾਲ ਖਿਡਾਰਨ ਹੈ, ਉਹ ਹਾਕੀ ਦੀ ਮੋਢੀ ਖਿਡਾਰਨ ਹੈ। ਇਸ ਬਹੁਪੱਖੀ ਸ਼ਖਸੀਅਤ ਰਾਮਪ੍ਰੀਤ ਕੌਰ ਦੇ ਕੋਚ ਕਹਿੰਦੇ ਹਨ ਕਿ ਇਹ ਪ੍ਰਤਿਭਾਵਾਨ ਹੈ ਤੇ ਜੂਨੀਅਰ ਨੈਸ਼ਨਲ ਗੇਮਸ ਵਿੱਚ ਭਾਗ ਲੈ ਕੇ ਨਾਮ ਵੀ ਰੋਸ਼ਨ ਆ ਚੁੱਕੀ ਹੈ। ਰਾਮਪ੍ਰੀਤ ਕੌਰ ਇਜ਼ ਅ ਵੈਰੀ ਗੁੱਡ ਹਾਕੀ ਪਲੇਅਰ, ਸ਼ੀ ਰੀਪ੍ਰਜੈਂਟਡ ਅਕਾਲ ਅਕੈਡਮੀ ਬੜੂ ਸਾਹਿਬ ਹਾਕੀ ਟੀਮ ਇਨ ਜੂਨੀਅਰ ਐਂਡ ਸੀਨੀਅਰ CBSE ਹਾਕੀ ਚੈਂਪੀਅਨਸ਼ਿਪਸ। ਉਸ ਦੀ ਸੰਗੀਤ ਵਿੱਚ ਵੀ ਬਹੁਤ ਰੁਚੀ ਹੈ। ਉਹ ਪੜ੍ਹਾਈ ਵਿੱਚ ਤੇਜ਼ ਦਿਮਾਗ ਹੈ।
Rampreet was one of the best student of Akal Academy Badu Sahib. She was good in studies as well as in sports. Rampreet de dost vi odi prashansa karde han. I have known her since childhood. She's been a great friend throughout. She has learned to be independent. She's a very passionate, very ambitious and morally a very upright girl. I wish that she remains happy throughout her life. Baba ji usnu hamesha mehnat karan te agge vadan di prerna dende han. मेहनत करनी है, अंग्रेजी तेरी हो चंगी होनी चाहिए है, और मेहनत करके तू भावें टीचर लगे कर दिया मेहनत करके तब तक प्रिंसिपल बना, सारा दबका मार के सीधे कर दे, उन्होंने चंगी तरह पढ़ावे है। बाबा जी तो उस बहुपक्षी प्रतिभा निखार के समाज सेवा का मुजस्मा बनाने के इच्छुक हैं। मिट्टी विचों हीरे नु तराशना बड़ू साहब अकादमी का ही चमत्कार है। बाबा इकबाल सिंह जी अते अकादमी बड़ू साहब ही इस निगर रहे समाज नू सही प्रेरणा दे सकदे ने। When other children's parents come here to meet them, I don't have to think that why my parents are not here today, because Baba ji is there for me here, who has given me a lot of loves and affection to me. His ਉਹਨਾਂ ਨੇ ਮੈਨੂੰ ਬਹੁਤ ਵੱਡਾ ਕੀਤਾ, ਮੈਨੂੰ ਪਾਲਿਆ ਪਲੋਸਾ with very kindness. ਅੱਜ ਉਹੀ He is my godfather to me. ਬੜੂ ਸਾਹਿਬ ਦੇ ਇਹਨਾਂ ਗੁਰਸਿੱਖੀ ਕਾਰਜਾਂ ਅਤੇ ਅਜਿਹੇ ਬੇਸਹਾਰਾ ਬੱਚਿਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਸਮੁੱਚਾ ਸਮਾਜ ਪ੍ਰਸ਼ੰਸਾ ਕਰਦਾ ਹੈ।